ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਪੱਟੀ ਸਾਹਿਬ ਜੀ ਆਇਆਂ ਨੂੰ ਵੈਲਕਮ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਸੁਣਦਿਆਂ ਤੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਦੀਵਾਲੀ ਦੀ ਤੇ ਬੰਦੀ ਛੋੜ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਬੰਦੀ ਛੋੜ ਦਿਵਸ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਦੇ ਵਿੱਚ 52 ਹਿੰਦੂ ਰਾਜਿਆਂ ਨੂੰ ਰਿਹਾ ਕਰਾ ਕੇ ਨਾਲ ਲੈ ਕੇ ਆਉਣ ਲਈ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦੇ ਨਾਲ ਕਹਿੰਦੇ ਨੇ ਕਿ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਉੱਡ ਪੁੱਡ ਗਿਆ ਜੀ ਕਰੋਨਾ ਲੱਖਾਂ ਸੰਗਤਾਂ ਨੇ ਟੇਕਿਆ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਅਕਾਲ ਤਖਤ ਦੇ ਤਿੰਨ ਜਥੇਦਾਰਾਂ ਨੇ ਦਿੱਤੇ ਕੌਮ ਦੇ ਨਾਂ ਵਿੱਚ ਵੱਖ ਵੱਖ ਸੰਦੇਸ਼ ਇੱਕ ਨਹੀਂ ਦੋ ਨਹੀਂ ਤਿੰਨ ਚਲੋ ਜਥੇਦਾਰ ਕੌਮ ਦੇ ਨਾਂ 'ਤੇ ਤਿੰਨ ਨੇ ਅਤੇ ਮਿਸਲਾਂ ਦੀ ਆ ਰਹੀ ਹੈ ਯਾਦ ਅਤੇ ਮਿਸਲਾਂ ਦਾ ਜਿਹੜਾ ਇੱਕ ਹੀ ਜਥੇਦਾਰ ਇੱਕ ਹੁੰਦਾ ਸੀ ਜਥੇਦਾਰ ਹਰ ਮਿਸਲ ਦਾ ਜਥੇਦਾਰ ਇੱਕ ਹੁੰਦਾ ਸੀਗਾ ਜੀ ਸਰਦਾਰ ਇੱਕ ਹੁੰਦਾ ਸੀ ਅਤੇ ਗਾਂ ਉਹਨਾਂ ਦਾ ਜਥੇਦਾਰ ਭਾਵੇਂ ਇੱਕ ਹੀ ਹੁੰਦਾ ਸੀ ਪਰ ਇੱਥੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਵੇਖਣ ਨੂੰ ਸੰਤਰੇ ਵਾਂਗੂ ਇਕੱਠੇ ਅੰਦਰੋਂ ਫਾੜੀਆਂ ਫਾੜੀ ਕੀ ਕਹਿਣਾ ਚਾਹੋਗੇ ਜਿੱਥੋਂ ਤੱਕ ਗੱਲ ਆਪਾਂ ਕਰਦੇ ਹਾਂ ਜੀ ਜਥੇਦਾਰਾਂ ਦੀ ਤੇ ਜਥੇਦਾਰ ਪਹਿਲੀ ਗੱਲ ਤੇ ਤਿੰਨੇ ਜਥੇਦਾਰ ਏਕ ਦਾ ਸੰਦੇਸ਼ ਹੁੰਦੇ ਏਕਤਾ ਦਾ ਭਾਈ ਸਾਰੇ ਇੱਕ ਮੰਚ ਤੇ ਇਕੱਠੇ ਹੋ ਜਾਓ ਏਕਤਾ ਕਰੋ ਇਹ ਨੀ ਪਤਾ ਏਕਤਾ ਕਰਨੀ ਕਿੱਥੇ ਆ ਤੇ ਕਿਹਨੇ ਕਰਨੀ ਭਾਈ ਜਥੇਦਾਰੋ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਪਹਿਲਾਂ ਤੁਸੀਂ ਆਪਣੀ ਏਕਤਾ ਕਰ ਲਓ ਕੌਮ ਦੀ ਆਪੇ ਹੋ ਜਾਏਗੀ ਨਹੀਂ ਤੋ ਚਲ ਜਾਓ ਬਠਿੰਡੇ ਵਾਲੇ ਪਾਸੇ ਨੂੰ ਉਧਰੋਂ ਲੈ ਆਓ ਕੋਈ ਹੁਕਮ ਹੋ ਜਾਊਗਾ ਉਹਨਾਂ ਦੇ ਹੁਕਮ ਕਰਕੇ ਸਭ ਕੁਛ ਹੋਣ ਡਿਆ ਜੀ ਜੋ ਕੁਛ ਹੋ ਰਿਹਾ ਉਹਨਾਂ ਦੇ ਹੁਕਮ ਕਰਕੇ ਹੋ ਰਿਹਾ ਹਾਂਜੀ ਚਲੋ ਠੀਕ ਆ ਬਾਹਰੋਂ ਕੁਛ ਨੀ ਹੋ ਰਿਹਾ ਉਹਨਾਂ ਦਾ ਇੱਕ ਅਜੰਡਾ ਵਾ ਵੀ ਆਪਾਂ ਖੇਰੂ ਖੇਰੂ ਕਿਵੇਂ ਕਰਨਾ ਹਾਂ ਬਸ ਅੱਜ ਦੀ ਡੇਟ ਦੇ ਵਿੱਚ ਬੀਬੀ ਜਗੀਰ ਕੌਰ ਜੇ ਪੁੱਛ ਲਓ ਬੀਬੀ ਜੀ ਜੇ ਕੋਈ ਸ਼੍ਰੋਮਣੀ ਕਮੇਟੀ ਦਾ ਪੈਡ ਦੀ ਦੁਰਵਰਤੋਂ ਕਰੇ ਤੁਹਾਡੇ ਥੱਲੇ ਸਾਈਨ ਕਰਕੇ ਤੁਸੀਂ ਕੀ ਕਰੋ ਉਹ ਕਹਿ ਜੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਤੇ ਆਪਣੀ ਜਿਹੜੀ ਸਾਡੀ ਲੱਠਮਾਰ ਫੌਜ ਵੀ ਕਾਰਵਾਈ ਕਰੇਗੀ ਲੱਠਮਾਰ ਫੌਜ ਵੀ ਕਾਰਵਾਈ ਕਰੂਗੀ ਤੇ ਕਾਨੂੰਨੀ ਵੀ ਕਰਾਂਗੇ ਬਿਲਕੁਲ ਕਰ ਦੇਣਗੇ ਅੱਛਾ ਪਹਿਲਾਂ ਲੱਠਮਾਰ ਕਰੂਗੀ ਫਿਰ ਕਾਨੂੰਨੀ ਹੋਊਗੀ ਬਿਲਕੁਲ ਬਿਲਕੁਲ ਅੱਛਾ ਫਿਰ ਠੀਕ ਤੁਹਾਡੇ ਸਾਹਮਣੇ ਆ ਜਿਹੜੇ ਬੈਠੇ 326 ਸਰੂਪਾਂ ਦਾ ਹਿਸਾਬ ਲੈਣ ਵਾਲੇ ਪਹਿਲਾਂ ਬਕਾਇਦਾ ਤੌਰ ਤੇ ਉਹਨਾਂ ਦੇ ਚੋਲੇ ਪਾਲੇ ਗਏ ਉਹਨਾਂ ਦੇ ਗਾਤਰੇ ਤੋੜੇ ਗਏ ਉਹਨਾਂ ਦੇ ਪੱਗਾਂ ਲਾਈਆਂ ਗਈਆਂ ਉਹਨੇ ਵਾਲ ਖਿਲਾਰੇ ਗਏ ਛਿੱਤਰ ਮਾਰੇ ਗਏ ਡਾਂਗ ਸੁੱਟਾ ਖੜਕਾਇਆ ਗਿਆ ਸਾਡੇ ਸਾਹਮਣੇ ਮੁੜ ਕੇ ਉਹਨਾਂ ਦੇ ਪਰਚਾ ਖਾਇਆ ਗਿਆ ਇੱਕ ਨੂੰ ਉਹ ਤਕੜੇ ਨਿਕਲੇ ਉਹ ਅਦਾਲਤ ਚਲੇ ਗਏ ਤੇ ਅਦਾਲਤ ਨੇ ਆਦੇਸ਼ ਦਿੱਤੇ ਵੀ ਇਹ ਕ੍ਰੋਸ ਪਰਚਾ ਕਰੋ ਬੜੇ ਪਿੱਟੇ ਅਸੀਂ ਪਿੱਛੇ ਵਾਲੇ ਸਾਡੇ ਤੇ ਕ੍ਰੋਸ ਪਰਚਾ ਆ ਗਿਆ ਉਹ ਕਹਿੰਦੇ ਗਲਤ ਹੋ ਗਿਆ ਅਸੀਂ ਕੁਛ ਨੀ ਕਰ ਸਕਦੇ ਭਾਵੇਂ ਅੱਜ ਤੱਕ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਲੇਕਿਨ ਇਹ ਜਵਾਬ ਦੇ ਜਦੋਂ ਗ੍ਰਿਫਤਾਰੀਆਂ ਹੋਈਆਂ ਆਖਿਰ ਅੱਜ ਵੀ ਕੱਲ ਕੱਲ ਵੀ ਪਰਸੋਂ ਗ੍ਰਿਫਤਾਰੀ ਹੋਣੀ ਹੋਣੀ ਹੈ ਉਹ ਤੇ ਗ੍ਰਿਫਤ ਕਰਾ ਜਿਹੜੇ ਦੂਜੇ ਸੀ ਤੇ ਗ੍ਰਿਫਤਾਰ ਹੋ ਗਏ ਉਹਨਾਂ ਬਕਾਇਦਾ ਤੌਰ ਤੇ ਆਪਣੀ ਜ਼ਮਾਨਤਾਂ ਕਰਾ ਲਈਆਂ ਤੇ ਤੁਸੀਂ ਕੀ ਕਰਾਇਆ ਬਈ ਤੁਸੀਂ ਬੈਠੇ ਤੌਰ ਨਾਲ ਕੋਈ ਗੱਲ ਨੀ ਜਦੋਂ ਜਦੋਂ ਇਹ ਬੰਦੇ ਰਿਟਾਇਰ ਹੋਣਗੇ ਇਹ ਕਿੱਕ ਕਰਕੇ ਫੜੇ ਜਾਣਗੇ ਤੇ ਐਸ ਡੀ ਪੀ ਸੀ ਦੇ ਐਸ ਸੀ ਕੀ ਕਰੀਏ ਤੁਸੀਂ ਰਿਟਾਇਰ ਹੋ ਗਏ ਈਵਨ ਇੱਥੋਂ ਤੱਕ ਦਰਬਾਰ ਸਾਹਿਬ ਦਾ ਕੋਈ ਸਾਬਕਾ ਮੈਨੇਜਰ ਮੱਥਾ ਟੇਕਣ ਚਲ ਜਾਂਦੇ ਭਾਜੀ ਪੀੜੇ ਨੂੰ ਲੰਘ ਲੈਣਗੇ ਕਹਿੰਦੇ ਤੁਸੀਂ ਰਿਟਾਇਰ ਹੋ ਗਏ ਹੁਣ ਜੇ ਉਹ ਕਵੇ ਨਾ ਜੀ ਮੈਂ ਕੀਰਤਨ ਸੁਣਨਾ ਰਾਜੇ ਨੇ ਪਿੱਛੇ ਕਰਕੇ ਕਹਿੰਦੇ ਤੁਸੀਂ ਰਿਟਾਇਰ ਹੋ ਗਏ ਹੁਣ ਬਾਕੀ ਆਮ ਬੰਦੇ ਦੀ ਗੱਲ ਬੜੀ ਦੂਰ ਦੀ ਗੱਲ ਇਸ ਕਰਕੇ ਬਕਾਇਦਾ ਤੌਰ ਤੇ ਜਥੇਦਾਰਾਂ ਨੇ ਸੰਦੇਸ਼ ਤੇ ਏਕਤਾ ਦਿੱਤਾ ਜਿਹੜੇ ਸਾਡੇ 35-35 ਸਾਲਾਂ ਤੋਂ ਪੱਟੀ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਨਾ ਮੈਨੂੰ ਲੱਗਦਾ ਕਿ ਇਹੋ ਜਿਹੇ ਵਿਸ਼ੇ ਲਈ ਆਪਾਂ ਵੱਖਰਾ ਜਿਹਾ ਟਾਈਮ ਰੱਖਦੇ ਕਰੀਏ ਭਈ ਜੇ ਜੇ ਜਿਹੜੇ ਰਿਟਾਇਰ ਹੋ ਗਏ ਨੇ ਤੇ ਉਹ ਕਹਿੰਦੇ ਸਾਨੂੰ ਲੰਘ ਲੈਣ ਦਿਓ ਤੁਸੀਂ ਮੇਰੇ ਮੂੰਹ ਚ ਹੁਣ ਗਲਤ ਲਫ਼ਜ਼ ਨਿਕਲਣ ਲੱਗਾ ਸੀ ਤੁਸੀਂ ਮਤਲਬ ਚੌਧਰੀ ਹੁੰਦੇ ਹੋ ਕਿ ਤੁਹਾਨੂੰ ਲੰਘ ਲੈਣ ਦਿਓ ਤੁਸੀਂ ਸੰਗਤੀ ਰੂਪ ਦੇ ਵਿੱਚ ਤੁਹਾਨੂੰ ਗਲਤ ਪੈ ਗਈ ਅਪਿਰਤ ਗਲਤ ਪੈ ਗਈ ਆਦਤ ਕਿ ਤੁਸੀਂ ਜਾਣਾ ਦਰਬਾਰ ਸਾਹਿਬ ਤੇ ਸਿੱਧਾ ਤੁਹਾਨੂੰ VIP ਲਾਈਨ ਚਾਹੀਦੀ ਹੈ ਚਲੋ
ਪਿਛਲੇ ਪਾਸੇ ਤੁਸੀਂ ਬਹਿਣਾ ਚਾਹੁੰਦੇ ਹੋ ਤਾਂ ਸਾਰਿਆਂ ਵਾਸਤੇ ਖੁੱਲ੍ਹਾ ਹੋਣਾ ਚਾਹੀਦਾ, ਕੋਈ ਵੀ ਬੰਦਾ ਪਹਿਲਾਂ ਆਵੇ ਉਹ ਬਹਿ ਜਾਵੇ। ਹਾਂਜੀ, ਜੇ ਉਹ ਬੈਠਾ ਸੰਗਤਾਂ ਸੰਗਤੀ ਰੂਪ ਦੇ ਵਿੱਚ ਕੀਰਤਨ ਸਰਵਣ ਕਰਦਾ ਹੈ ਤਾਂ ਉਹਨੂੰ ਉਦੋਂ ਤੱਕ ਨਹੀਂ ਉਠਾਇਆ ਜਾਣਾ ਚਾਹੀਦਾ ਜਿੰਨਾ ਚੱਕ ਉਹਦੀ ਸਾਧਨਾ ਅਤੇ ਉਹ ਬੈਠਾ ਅਤੇ ਬੈਠਣ ਦੇ ਸਮਰੱਥ ਆ। ਠੀਕ ਹੈ ਜੀ, ਉੱਠਦਾ ਦੂਜਾ ਬਹਿ ਜਾਵੇ। ਇਹ ਤਾਂ ਪਰੰਪਰਾ ਚੱਲੀ ਆਉਂਦੀ ਹੈ ਨਾ ਕਿ ਤੁਸੀਂ ਕਿਸੇ ਨੂੰ ਗੁਰੂ ਮਹਾਰਾਜ ਦੇ ਕੀਰਤਨ ਸੁਣਦਿਆਂ ਹੋਇਆਂ ਉਠਾ ਨਹੀਂ ਸਕਦੇ, ਚਾਹੇ ਘਰ ਵਾ ਚਾਹੇ ਕੋਈ ਵੀ ਆ। ਇਹ ਸਿਰਫ ਅਤੇ ਸਿਰਫ ਇਹ ਜਿਵੇਂ ਨਾ ਮਤਲਬ ਮਾਫ ਕਰਨਾ, ਮੈਂ ਮਤਲਬ ਗਲਤ ਨਹੀਂ ਕਿਸੇ ਨੂੰ ਕਹਿ ਰਿਹਾ, ਨਾ ਮੈਂ ਕੋਈ ਸਿਆਣਾ ਆ, ਜਿਵੇਂ ਜ਼ਕਰੀਆ ਖਾਨ ਨੇ ਦੁੱਧ 'ਚ ਕਾਂਜੀ ਪਾਈ ਸੀ ਨਾ, ਨਵਾਬੀ ਬਖਸ਼ੀ ਸੀਗੀ, ਧਨ ਦੌਲਤ ਜਗੀਰਾਂ ਬਖਸ਼ੀਆਂ ਸੀ, ਉਦੋਂ ਤੁਸੀਂ ਵੇਖ ਲਓ, ਉਦੋਂ ਬਾਅਦ ਇਤਿਹਾਸ ਨੂੰ ਪੜ੍ਹੋ, ਐਂ ਜਾਂਦਾ ਵਾ, ਐਂ ਕਦੇ ਐਂ ਹੁੰਦਾ ਕਦੇ ਐਂ ਹੁੰਦਾ ਕਦੇ ਐਂ ਹੀ ਜਾਂਦਾ ਆ ਨਵਾਬੀਆਂ ਲੈਣ ਦੇ ਬਦਲੇ। ਆ ਜਦੋਂ ਦੇ CCTV ਕੈਮਰੇ ਲੱਗੇ ਨੇ, ਜਦੋਂ ਦਾ ਇਹ ਆ TV ਚੈਨਲ ਦੇ ਉੱਤੇ ਜਿਹੜਾ ਬੈਠ ਕੇ ਉੱਤੇ ਕੀਰਤਨ ਸਰਵਣ ਕਰਾਉਂਦਾ ਜਿਹੜੇ ਬੈਠੇ ਨੇ ਨਾ ਚੌਧਰੀ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਆਉਂਦੀਆਂ ਨੇ, ਇਹ ਉਦੋਂ ਦਾ ਮਤਲਬ ਹੋਰ ਨਿਘਾਰ ਵਾਲੇ ਪਾਸੇ ਨੂੰ ਜਾ ਰਿਹਾ। ਇਦੋਂ ਪਹਿਲਾਂ ਕਦੇ ਇਹੋ ਜਿਹੀਆਂ ਗੱਲਾਂ ਸੁਣੀਆਂ ਸੀ ਵੀ ਕਿਸੇ ਨੂੰ ਕਦੇ ਨਹੀਂ ਠਾਇਆ? ਉੱਥੇ ਤਾਂ ਬਹਿੰਦਾ ਹੀ ਕੋਈ ਨਹੀਂ ਸੀ, ਟਾਵਾਂ ਟਾਵਾਂ ਬਹਿੰਦਾ ਸੀ ਕੋਈ, ਇੰਨਾ ਸਮਾਂ ਇੰਨਾ ਕੋਲ ਹੈਗਾ ਘਰੇ ਕੀਰਤਨ? ਘਰੇ ਤਾਂ ਸਾਡੇ ਕੋਲ ਇੰਨਾ ਸਮਾਂ ਹੈ ਨਹੀਂ, ਪੱਟੀ ਸਾਹਿਬ ਸੋਰੀ 2 ਮਿੰਟ ਲੈਣਾ, ਘਰੇ ਤਾਂ ਸਾਡੇ ਕੋਲ ਸਮਾਂ ਵੀ ਹੈ ਨਹੀਂ ਕਿ ਗੁਰੂ ਮਹਾਰਾਜ ਦਾ ਹੀ ਸਰੂਪ ਲਿਆਉਂਦਾ ਹੋਵੇ, ਪੰਜਾਂ ਬਾਣੀਆਂ ਦਾ ਪਾਠ ਹੱਥਾਂ 'ਤੇ ਰੱਖਿਆ, ਪ੍ਰਸ਼ਾਦ ਚੱਲ ਮੇਰੇ ਭਾਈ ਬਾਹਰ ਨੂੰ, ਉੱਤੇ ਭਾਈ ਜੀ ਇਕੱਲੇ। ਅਤੇ ਇੱਥੇ ਅਸੀਂ ਉਸ ਥਾਂ 'ਤੇ ਬੈਠ ਕੇ ਗੁਰੂ ਹਰਿਮੰਦਰ ਸਾਹਿਬ ਦੇ ਵਿੱਚ ਸਭ ਤੋਂ ਜ਼ਿਆਦਾ VIP ਆਪਣੇ ਦਿਖਾਉਣਾ ਕਿ ਮੈਂ ਜੀ ਕੀਰਤਨ ਸਰਵਣ ਕਰਨਾ ਆ, ਅਤੇ ਸ਼ਬਦ ਭਾਵੇਂ ਰਾਗ ਭਾਵੇਂ ਸਾਡੇ ਇੱਥੋਂ ਐ ਲੰਘਦੇ ਹੋਣ, ਇਹ ਸਿਰਫ ਅਤੇ ਸਿਰਫ ਆ ਕੈਮਰਿਆਂ ਦਾ ਜਿਹੜਾ ਵਾ ਨਾ ਉਹਦੀ ਕਰਾਮਾਤ ਆ ਵੀ ਸਾਨੂੰ ਨੰਗ ਲੈਣ ਦਿਓ, ਸਾਨੂੰ ਕੀਰਤਨ ਸਰਵਣ ਕਰ ਲੈਣ ਦਿਓ। ਸਾਰੀ ਉਮਰ ਤੁਸੀਂ ਮੈਨੇਜਰ ਲੱਗੇ ਰਹੇ, ਜਥੇਦਾਰ ਲੱਗੇ ਰਹੇ, ਅਤੇ ਕੀਰਤਨ ਸਰਵਣ ਉਦੋਂ ਤੁਸੀਂ ਕੀਤਾ ਨਹੀਂ, ਉਦੋਂ ਕਿੰਨਾ ਕੁ ਚਿਰ ਤੁਸੀਂ ਆ ਕੇ ਬੈਠੇ? ਅੱਜ ਤੁਹਾਨੂੰ ਨੰਗ ਲੈਣ ਦਿਓ। ਪਹਿਲੀ ਗੱਲ ਤਾਂ ਪਰੰਪਰਾ ਹੀ, ਮੈਂ ਅੱਗੇ ਵੀ ਤੁਹਾਨੂੰ ਇੱਕ ਵਾਰੀ ਆਪਣੀ ਆਪਣੀ ਹੋਈ ਸੀ ਗੱਲਬਾਤ ਕਿ ਇਹ ਗਲਤ ਪਰੰਪਰਾ ਹੈ। ਤੁਸੀਂ ਮੇਰੀ ਪੂਰੀ ਗੱਲ ਸੁਣੀ, ਮੈਂ ਕਹਿਣਾ ਸੀ ਤੁਹਾਨੂੰ। ਹਾਂ ਨਹੀਂ ਵੀ ਤੁਸੀਂ ਰਿਟਾਇਰ ਹੋ ਗਏ ਹੋ, ਤੁਸੀਂ ਹੁਣ ਮਤਲਬ ਤੁਸੀਂ ਹੋ ਗਏ ਹੋ, ਮੇਰੀ ਪੂਰੀ ਗੱਲ ਸੁਣੀ ਜੀ। ਅਸੀਂ ਇਹ ਕਹਿੰਦੇ ਹਾਂ ਵੀ ਠੀਕ ਆ, ਤੁਸੀਂ ਉਹਨੂੰ ਨਾ ਲੰਘਣ ਦਿਓ, ਸੰਗਤਾਂ ਨੂੰ ਕੁਛ ਦੇ ਹਿੱਸੇ ਆਓ, ਤੇ ਜਿਹੜੇ ਤੁਹਾਡੇ ਜਥੇਦਾਰ ਨੇ ਦਰਜਨ ਦੇ ਇਕੱਠੇ ਹੋ ਕੇ ਤੁਸੀਂ ਫਟੋਫਟ ਮਿੰਟੋ ਮਿੰਟ ਮੈਂ ਵੀ ਰੋਣਾ ਰੋਣਾ ਮੈਨੇਜਰ ਹੁੰਦੇ ਨਾ ਕੁਝ ਹੁੰਦੇ ਹੈ ਹੀ, ਤੇ ਮੈਂ ਰੋਣਾ ਰੋਣਾ ਕਿ ਉਹਨਾਂ ਵਾਸਤੇ ਵੀ ਕਿਉਂ, ਇਹੀ ਤੇ ਰੋਣਾ ਆ ਉਹਨਾਂ ਵਾਸਤੇ ਵੀ ਕਿਉਂ, ਉਹ ਚੌਧਰੀ ਨੇ, ਕੋਈ VIP ਨੇ, ਉਹਨਾਂ ਵਾਸਤੇ ਵੀ ਕਿਉਂ? ਕਿਉਂਕਿ ਧੱਜੀਆਂ ਉਡਾ ਦਿੱਤੀਆਂ ਤੁਸੀਂ ਪਰੰਪਰਾਵਾਂ ਦੀਆਂ, ਜਿਨ੍ਹਾਂ ਨੇ ਇਹ ਬੀਬੀ ਨੂੰ ਪੁੱਛੋ ਜਾਂ ਕੋਈ ਵੀ ਜਹੇਦਾਰ, ਕਿਉਂ ਉਹਨਾਂ ਵਾਸਤੇ ਵੀ ਕਿਉਂ, ਉਹਨਾਂ ਵਾਸਤੇ ਵੀ ਕਿਉਂ? ਇੱਕ ਪਾਸੇ ਤੇ ਤੁਹਾਡੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਉਹ ਕਹਾਣੀ ਬੜੀ ਹੁੱਬ ਹੁੱਬ ਕੇ ਸੁਣਾਈ ਜਾਂਦੀ ਹੈ ਕਿ ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਗਏ, ਉੱਥੇ ਜਾ ਕੇ ਤੇ ਪਹਿਲਾਂ ਤਾਂ ਰੱਥ 'ਤੇ ਚਲ ਗਏ। ਹਾਂਜੀ, ਗੁਰੂ ਅਰਜਨ ਦੇਵ ਜੀ ਸਮਰੱਥ ਨਹੀਂ ਸਨ? ਪਰ ਕਹਾਣੀ ਸਾਨੂੰ ਸੁਣਾਈ ਜਾਂਦੀ ਹੈ ਕਿ ਉੱਥੇ ਰਸਤੇ ਗਏ ਅਤੇ ਉਹਨਾਂ ਨੇ ਕਹਿਤਾ ਵੀ ਕਿਹੜੀਆਂ ਭਾਜਣਾ ਪੈ ਗਈਆਂ ਗੁਰੂ ਘਰ ਦੇ, ਕੌਣ ਨੇ ਜੀ ਇਹ, ਕਿਹੜੀਆਂ ਨੂੰ ਭਾਜਣਾ ਪੈ ਗਈਆਂ ਜੀ, ਉਹ ਨੇ। ਫਿਰ ਅਗਲੇ ਦਿਨ ਨਮਰਤਾ ਦੇ ਨਾਲ ਗਏ, ਇੱਥੇ ਤਾਂ ਨਮਰਤਾ ਦੇ ਨਾਲ ਆਉਣਾ ਪਊਗਾ ਨਾ, ਇੱਥੇ ਤੁਹਾਡੇ ਤੇ ਅਹੁਦੇ 'ਤੇ ਸਾਈਡ 'ਤੇ ਹੋ ਗਏ, ਕੋਈ ਵੀ ਆ, ਡਜ਼ਨਟ ਮੈਟਰ। ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਕਮੇਟੀ ਦੀਆਂ ਜਿਹੜੀਆਂ ਨੇ ਉਹ ਬਣਾ ਰਹੀਆਂ ਨਵੀਆਂ ਜਿਹੜੀਆਂ ਪਿਰਤਾਂ ਪੈ ਰਹੀਆਂ ਨੇ ਉਹਦੇ ਲਈ ਕਹਿ ਰਿਹਾ ਕਿ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਇਹਦਾ ਮਤਲਬ ਜਿਹਨੂੰ ਕੋਈ VIP ਪਾਸ ਮਿਲੂਗਾ ਉਹੀ ਮੱਥਾ ਟੇਕਣ ਜਾ ਸਕੂਗਾ ਅੱਗੇ, ਆਹ ਗੱਲ ਕਹਿ ਰਿਹਾ। ਬਿਲਕੁਲ ਠੀਕ ਕਹਿ ਤੁਸੀਂ, ਮਤਲਬ ਉਹਨਾਂ ਦੇ ਵਿੱਚ ਬਕਾਇਦਾ ਤੌਰ ਤੇ ਪਾਸ ਇਸ਼ੂ ਹੁੰਦੇ ਸੀ, ਐਸਜੀਪੀਸੀ ਵੱਲੋਂ, ਤੁਸੀਂ ਮੱਥਾ ਟੇਕ ਸਕਦੇ, ਤੁਸੀਂ ਨਹੀਂ ਟੇਕ ਸਕਦੇ। ਦੱਸੋ ਮੈਨੇਜਰ ਕੋਲ ਲੈਬ ਲੱਗੀ ਹੋਈ ਸੀ, ਮੈਨੇਜਰ ਕੋਲ ਲੈਬ ਲੱਗੀ ਹੋਈ ਸੀਗੀ ਵੀ ਉੱਥੇ ਮੈਨੇਜਰ ਨੂੰ, ਹਾਂਜੀ ਪੱਟੀ ਸਾਹਿਬ ਆ ਗਏ ਨੇ, ਚਾਵਲਾ ਜੀ ਆ ਗਏ ਨੇ, ਤੇ ਉਹਦੇ ਕੋਲ ਲੈਬ ਲੱਗੀ ਹੋਈ ਆ ਵੀ ਇਹ ਦੁੱਧ ਧੋਤੇ ਆ, ਇਹ ਜਾ ਸਕਦੇ ਤੇ ਮੱਥਾ ਟੇਕ ਕੇ ਆ ਸਕਦੇ। ਹਾਂਜੀ ਬਿਲਕੁਲ ਠੀਕ ਹੈ ਜੀ, ਹਾਂਜੀ ਪਲੀਜ਼ ਆਪਾਂ ਅੱਗੇ ਚੱਲੀਏ ਜੀ। ਜੀ ਹੁਣ ਵੇਖੋ, ਜਥੇਦਾਰ ਨੇ ਕੌਮ ਦਾ ਇੱਕ ਜਥੇਦਾਰ ਸੀ, ਉਹਦਾ ਸਤਿਕਾਰ ਸੀ। ਅੱਜ ਗਿਆਨੀ ਹਰਪ੍ਰੀਤ ਸਿੰਘ ਗੋਰੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਇੱਕ ਮਰਿਆਦਾ ਅਨੁਸਾਰ
ਕਾਰਜਕਾਰੀ ਜਥੇਦਾਰ ਨਿਯੁਕਤ ਕੀਤੇ ਗਏ ਨੇ ਐਸਜੀਪੀਸੀ ਦਾ। ਐਸਜੀਪੀਸੀ ਪਹਿਲਾਂ ਜਥੇਦਾਰ ਨਿਯੁਕਤ ਕਰਨ ਤੋਂ ਪਹਿਲਾਂ ਨਰਸਿੰਗ ਦੀਆਂ ਸੰਸਥਾਵਾਂ ਨੇ ਸੀ, ਪੰਥਕ ਸੰਸਥਾਵਾਂ ਸੀ, ਉਹਨਾਂ ਨੂੰ ਬਕਾਇਦ ਤੌਰ ਤੇ ਰਾਏ ਮੰਗਦੀ ਸੀ, ਰਾਏ ਵੀ ਦਿਓ, ਸੁਝਾਅ ਵੀ ਦਿਓ, ਜੇ ਤੁਹਾਡੇ ਕੋਈ ਯੋਗ ਉਮੀਦਵਾਰ ਹੈਗਾ ਤਾਂ ਨਾਮ ਵੀ ਭੇਜੋ, ਨਾਮ ਵੀ ਦਿਓ। ਉਹਦੇ ਤੇ ਬਕਾਇਦਾ ਇੱਕ ਸਬ ਕਮੇਟੀ ਬਣਦੀ ਸੀ, ਸਬ ਕਮੇਟੀ ਦੇ ਵਿੱਚ ਵਿਦਵਾਨ ਹੁੰਦੇ ਸੀ, ਉਹ ਬਕਾਇਦਾ ਤੌਰ ਤੇ ਪੂਰੀ ਪੜਚੋਲ ਕਰਕੇ ਐਸ ਡੀ ਪੀ ਸੀ ਰਿਪੋਰਟ ਦਿੰਦੇ ਸੀ ਕਿ ਆਹ ਫਲਾਣਾ ਬੰਦਾ ਜਿਹੜਾ ਇਹ ਯੋਗ ਬੰਦਾ ਇਹ ਇਸ ਜਿਹੜੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾ ਸਕਦਾ, ਉਹ ਜਿੱਥੇ ਤੱਕ ਆ ਜਾਂਦਾ ਸੀ, ਲੋਕਾਂ ਨੂੰ ਸਤਿਕਾਰ ਹੁੰਦਾ ਸੀ। ਹੁਣ ਲਾਉਂਦੀ ਐਸ ਡੀ ਪੀ ਸੀ ਆ, ਲੇਕਿਨ ਹੁਣ ਹੁਕਮ ਕਿਤੋਂ ਆਉਂਦੇ ਆ ਤੇ ਜਥੇਦਾਰ ਦੀ ਤਾਜ ਪੁੱਛੀ ਦੀ ਸਰਕਟ ਉਸ ਤੇ ਹੁੰਦੀ ਆ, ਸਰੂਪੇ ਜਥੇਦਾਰ ਨੂੰ ਬਗੈਰ ਫਿਰ ਹੋਰ ਨੂੰ ਪਾ ਜਾਂਦੇ, ਉਹਦੇ ਕਰਕੇ ਗਿਰਾਵਟ ਆਈ। ਹੁਣ ਗਿਆਨੀ ਹਰਪ੍ਰੀਤ ਨੂੰ ਕਹਿ ਦਿੱਤਾ ਜਾਂਦਾ ਇਹ ਐਸ ਡੀ ਪੀ ਸੀ ਦਾ ਜਥੇਦਾਰ, ਜਾਂ ਸਾਡੇ ਹੈਗੇ ਨੇ ਜਗਤਾਰ ਸਿੰਘ ਹਵਾਰਾ, ਉਹ ਕਹਿੰਦੇ ਸਰਬੱਤ ਖਾਲਸਾ ਦੇ ਜਥੇਦਾਰ, ਜਿਹਨਾਂ ਤੋਂ ਤਾਕਤਾਂ ਹਰੀਆਂ ਖੋਹ ਲਈਆਂ ਨੇ, ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੁੰਡੂ ਵੀ ਆਪ ਜਥੇਦਾਰ, ਤਿੰਨ ਜਥੇਦਾਰ ਤੁਹਾਨੂੰ ਮੈਂ ਗਾ ਦਿੱਤੇ ਨੇ, ਆਉਣ ਵਾਲੇ ਸਮੇਂ ਚ ਕਿੰਨੇ ਬਣਨੇ ਮੈਨੂੰ ਨੀ ਪਤਾ। ਤਿੰਨਾਂ ਦੀ ਗੱਲ ਇੱਕੋ ਹੀ ਆ ਵੀ ਭਾਈ ਇੱਕ ਮੰਚ ਤੇ ਇਕੱਠੇ ਹੋ ਜਾਓ, ਅੰਮ੍ਰਿਤਧਾਰੀ ਹੋ ਜਾਓ, ਸਾਰੇ ਜਾਣੇ ਜਿਹੜੇ ਸਾਡੇ 35-35 ਸਾਲਾਂ ਤੋਂ ਬਣੇ ਪਏ ਨੇ, ਜੇਲ੍ਹਾਂ ਚ ਬੰਦ ਬੈਠੇ ਨੇ ਸਾਡੇ ਨੌਜਵਾਨ, ਉਹਨਾਂ ਦੀ ਰਿਹਾਈ ਵਾਸਤੇ ਇਕੱਠੇ ਹੋ ਕੇ ਪ੍ਰਾਲੀ ਕੀਤੇ ਗਏ। ਚਲੋ ਕੀ ਗੱਲ, ਇਹ ਗੱਲ ਇਕੱਲਾ ਪਤਾ ਨੀ ਕਰ ਸਕਦਾ, ਇਕੱਲਾ ਨੀ ਕਰ ਸਕਦਾ, ਲੇਕਿਨ ਮੈਂ ਜਿੱਥੇ ਜਾਣਾ ਸੀ ਤੁਹਾਨੂੰ, ਅਕਾਲ ਤਖ਼ਤ ਦੇ ਜਿਹੜਾ ਹੈਗਾ ਵਾ ਪੈਡ, ਉਹਦੀ ਦੁਰਵਰਤੋਂ ਹੋਈ। ਜੇ ਕਿਤੇ ਜਥੇਦਾਰ ਗੁਰਚਰਨ ਸਿੰਘ ਟੌਣਾ ਆਉਂਦਾ, ਉਸ ਨੇ ਭਾਈ ਇਹ ਕੀ ਬਣ ਰਿਹਾ, ਬਕਾਇਦਾ ਬਲਾਕ ਤੇ ਉਹਨੂੰ ਕਹਿੰਦੇ ਤੁਹਾਨੂੰ ਤਕਲੀਫ ਕੀ, ਦੱਸੋ ਤੁਸੀਂ ਸਾਡੀ ਤਕਲੀਫ ਦੂਰ ਕਰ ਦਿੰਦੇ, ਤੁਸੀਂ ਇਹ ਕੰਮ ਨਾ ਕਰੋ। ਮਤਲਬ ਉਹ ਡਾਂਸ ਤੱਕ ਖੜਕਾਉਣ ਤੋਂ ਪਹਿਲਾਂ ਆਪਣੀ ਪੂਰੀ ਦਲੀਲ ਦਿੰਦੇ ਸੀ ਕਿ ਇਹ ਗੱਲ ਕਰੋ। ਤੁਹਾਨੂੰ ਉਹਦੀ ਐਗਜ਼ਾਮਪਲ ਦੇਣ ਗਏ, ਜਦੋਂ ਹਰਿਆਣੇ ਦੇ ਸਿੱਖਾਂ ਨੇ ਬਕਾਇਦਾ ਤੌਰ ਤੇ ਹਰਿਆਣਾ ਦੀ ਵੱਖਰੀ ਕਮੇਟੀ ਦੀ ਮੰਗ ਕੀਤੀ, ਤੇ ਜਥੇਦਾਰ ਟੌਣਾ ਨੇ ਕਿਹਾ ਦੱਸੋ ਵੀ ਤੁਹਾਨੂੰ ਦੱਸੋ ਕੀ ਤੁਹਾਡੀ ਪ੍ਰੋਬਲਮ, ਉਹ ਕਹਿੰਦਾ ਗੋਲਕ ਤੁਸੀਂ ਜੋ ਲੁੱਟ ਪੁੱਟ ਕੇ ਲੈ ਜਾਂਦੇ ਹੋ, ਤੇ ਮੁੜ ਕੇ ਸਾਡੇ ਇੱਥੇ ਕੋਈ ਡਿਵੈਲਪਮੈਂਟ ਨੀ ਹੁੰਦੀ, ਕੋਈ ਸਕੂਲ ਨੀ ਬਣਦਾ, ਕੋਈ ਹੋਸਪਿਟਲ ਨੀ ਬਣਦਾ, ਕਹਿੰਦਾ ਦੱਸੋ ਤੁਹਾਡੇ ਸਕੂਲ ਵੀ ਬਣ ਜੂਗਾ, ਹੋਸਪਿਟਲ ਵੀ ਬਣ ਜੂਗਾ, ਤੁਸੀਂ ਆਪਣੀ ਕਮੇਟੀ ਬਣਾਓ, ਹੈਗੇ ਸਿੱਖ ਗੋਲਕ ਤੁਹਾਡੇ ਸਾਹਮਣੇ ਖੁੱਲਿਆ ਕਰੂਗੀ, ਤੇ ਗੋਲਕ ਜਿਹੜੇ ਫੰਡ ਆ ਹੈ ਤੇ ਐਸ ਡੀ ਪੀ ਸੀ ਸੈਂਟਰੀ ਆ, ਲੇਕਿਨ ਤੁਸੀਂ ਦੱਸਿਆ ਕਰੋ ਵੀ ਇੱਥੇ ਵਰਤਣੇ, ਉੱਥੇ ਅਸੀਂ ਐਸ ਡੀ ਪੀ ਸੀ ਪਾਸ ਕਰਦੇ ਕਰਾਂਗੇ ਕਿ ਫੰਡ ਇੱਥੇ ਵਰਤੀ ਜਾਏ। ਉਹਨਾਂ ਆਪਣੀ ਸਿਆਣਪ ਨਾਲ ਉਹ ਮੁੱਦਾ ਜਿਹੜਾ ਸੀ ਉਹ ਠੰਡੇ ਬਸਤੇ ਚ ਪਾ ਦਿੱਤਾ ਸੀ, ਤੇ ਜਥੇਦਾਰ ਗੁਰਚਰਨ ਸਿੰਘ ਜਿਹੜੇ ਤਾਂ ਥਾਂ ਜਦੋਂ ਹੋਏ 1999 ਦੇ ਵਿੱਚ, ਮੁੱਦਾ ਬੜੀ ਮੁਸ਼ਕੈਦੀ ਨਾਲ ਉਭਰਿਆ, ਤੇ ਅੱਜ ਹਰਿਆਣਾ ਕਮੇਟੀ ਸਿਰਫ ਇਹਨਾਂ ਦੀ ਬਦੌਲਤ ਬਣੀ, ਜਿਹਦੇ ਵਾਸਤੇ ਸਾਡੇ ਸਰਦਾਰ ਫਖਰੀ ਕੌਮ ਕਹਿੰਦੇ ਹੁੰਦੇ ਸੀ ਜੇ ਹਰਿਆਣਾ ਕਮੇਟੀ ਬਣੀ ਉਹ ਮੇਰੀ ਲਾਸ਼ ਤੇ ਬਣੇ, ਮੇਰੀ ਲਾਸ਼ ਤੇ ਬਣੇ, ਜਿਹੜਾ ਕਮੇਟੀ ਵੀ ਬਣਾਤੀ ਆ, ਉਹਨੇ ਪ੍ਰਧਾਨ ਵੀ ਬਣਾਤਾ, ਉਹਦਾ ਰਿਜੈਕਟਿਵ ਕਮੇਟੀ ਵੀ ਸਭ ਕੁਝ ਬਣਾਤਾ ਉਹਨੇ, ਆ ਪ੍ਰਧਾਨ ਵੀ ਜਹਿਦਾਰ ਦਾ ਉਹਦਾ ਛੱਡ ਕੇ ਬਣਿਆ, ਵੇਖੋ ਬਿਲਕੁਲ ਬਿਲਕੁਲ ਤੇ ਇਥੋਂ ਤੇ ਹੈ ਨਹੀਂ ਭਾਈ, ਇੱਥੇ ਤੇ ਕੁਝ ਕਰਕੇ ਅਹੀ ਯਕੀਨ ਆ ਵੀ ਭਾਈ ਇਹ ਤੁਹਾਡੇ ਕੀ ਹੱਥ ਚੋੜ ਕੇ ਬੇਨਤੀ ਇੱਕੋ ਹੀ ਆ, ਇੱਕ ਮੰਚ ਤੇ ਇਕੱਠੇ ਹੋ ਦੋ, ਇਹਨਾਂ ਦੇ ਪਿੱਛੇ ਨੂੰ ਚੁਣ ਲਓ ਵੀ ਆ ਜਥੇਦਾਰ ਹੈਗਾ ਵਾ, ਬਾਕੀ ਆਪਣੇ ਉਹਦੇ ਛੱਡ ਦਿਓ, ਇਕੱਠੇ ਹੋ ਕੇ ਗੱਲ ਕੁੜੀ ਕਰਨੀ ਹੈ, ਜੇ ਸਿਆਸਤ ਨਾ ਕਰੋ ਪਰਿਵਾਰ ਦੀ ਗੁਲਾਮੀ ਝੱਲਦੇ ਹੋ ਤਾਂ ਪਹਿਲਾਂ ਉਹ ਚੋਂ ਤੁਸੀਂ ਨਿਕਲਾਓ, ਫੇਰ ਇਕੱਠੇ ਵੀ ਹੋ ਜਾਓਗੇ ਤੁਸੀਂ। ਬਿਲਕੁਲ ਜੀ ਬਿਲਕੁਲ। ਚਲੋ ਵੋਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅੱਛਾ ਪੀ ਕੇ ਸਾਹਿਬ, ਇੱਕ ਵਾਰੀ ਫਿਰ ਤੋਂ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਜੀ ਪੀ ਕੇ ਚੰਨੀ ਤੇ ਸਿੱਧੂ ਦੇ ਰੱਥ ਦੇ ਸਾਰਥੀ ਬਣ ਲੱਗੇ ਨੇ, ਕਦੀ ਕਹਿੰਦੇ ਮੈਂ ਸਿਆਸਤ ਛੱਡਤੀ, ਕਦੇ ਕਹਿੰਦੇ ਕੋਈ ਟਾਈਮ ਨਹੀਂ ਹੈਗਾ, ਬਾਏ ਬਾਏ ਬੱਲੇ ਬੱਲੇ, ਕਦੇ ਹਾਈ ਕਮਾਂਡ ਨਾਲ ਜਾ ਰਹੀਆਂ। ਯਾਰ ਵਾਕੇ ਵਪਾਰੀ ਸੱਜਣ ਆ ਨਾ, ਕੀ ਕਹਿਣਾ ਚਾਹੋਗੇ? ਦੇਖੋ ਪੀ ਕੇ ਪੰਜਾਬ ਪੁਲਿਸ ਕੇ ਕੰਧੋ ਕੋ ਲਿਖਾ ਹੈ ਪੀ ਪੀ, ਵੋ ਕਿਆ ਰੁਕੇ ਕਿਸ ਲੋਗੋ ਕੋ ਸ਼ਰਾਬ ਪੀਨੇ ਸੇ, ਆਹਾਂ ਇਹ ਪੀ ਕੇ ਪੀ ਕੰਧੋ ਪਰ ਖੁਦ ਲਿਖਾ ਹੈ ਪੀ ਪੀ। ਹੁਣ ਗੱਲ ਇਹ ਹੈ ਵੀ ਪ੍ਰਸ਼ਾਂਤ ਕੌਰ ਜੋ ਹੈ ਉਹ ਇੱਕ ਵਪਾਰੀ ਬੰਦਾ, ਵਪਾਰੀ ਬੰਦੇ ਨੇ ਸਭ ਤੋਂ ਪਹਿਲਾਂ 2014 ਦੇ ਵਿੱਚ ਜਿਹੜਾ ਵਪਾਰ ਕੀਤਾ ਸੀ
ਬਕਾਇਦਾ ਤੌਰ ਤੇ ਨਰਿੰਦਰ ਮੋਦੀ ਦਾ। ਨਰਿੰਦਰ ਮੋਦੀ ਇਹ ਚੋਣ ਜਿੱਤ ਲਈ, ਉਹਨੇ ਕਿਹਾ ਸਾਨੂੰ ਇਹਦੀ ਲੋੜ ਨੀ। ਇਹ ਮੁੜ ਕੇ ਬਿਹਾਰ ਚਲਾ ਗਿਆ, ਬਿਹਾਰ ਜਾ ਕੇ ਨਿਤਿਸ਼ ਕੁਮਾਰ ਦਾ ਜਿਹੜਾ ਸੀ ਇਹ ਬਕਾਇਦਾ ਤੌਰ ਤੇ ਸਰਪ੍ਰਸਤ ਬਣ ਗਿਆ। ਉਦੋਂ ਬਾਅਦ ਮਮਤਾ ਦਾ ਵੀ ਰਿਹਾ, ਉਦੋਂ ਬਾਅਦ ਫਿਰ ਕੈਪਟਨ ਦਾ ਬਣਿਆ ਪੰਜਾਬ ਦੇ ਵਿੱਚ 2017 ਦੇ ਵਿੱਚ। ਹੁਣ ਆ ਕੇ ਉਹ ਮਮਤਾ ਦਾ ਰਿਹਾ। ਜਦੋਂ ਕੈਪਟਨ ਦੇ ਨਾਲ ਦਾਲ ਨਹੀਂ ਗਲੀ ਤੇ ਨੇ ਕਹਿਤਾ ਜੀ ਮੈਂ ਇਹ ਧੰਦਾ ਛੱਡਤਾ, ਮੇਰੀ ਟੀਮ ਕਰੇਗੀ, ਮੈਂ ਇਹ ਕੰਮ ਨਹੀਂ ਕਰਾਂਗਾ। ਬੜੀ ਚਰਚਾ ਹੋਈ ਵੀ ਇਹ ਪੀ ਕੇ ਜਿਹੜਾ ਵਾ ਬਕਾਇਦਾ ਤੌਰ ਤੇ ਕਾਂਗਰਸ ਸ਼ਾਮਿਲ ਹੋ ਰਿਹਾ, ਕਾਂਗਰਸ ਨੂੰ ਵੱਡਾ ਅਹੁਦਾ ਦਿੱਤਾ ਜਾਊਗਾ ਤੇ ਉੱਥੇ ਛੱਡੇਗਾ ਤੇ ਉਹ ਕਿਸੇ ਨਾ ਕਿਸੇ ਗੱਲ ਤੋਂ ਗੱਲ ਰਹਿ ਗਈ। ਉੱਥੇ ਬੜੇ ਬੜੇ ਨਾਰਦ ਬੈਠੇ ਭਾਈ, ਪਿੱਛੋਂ ਅੱਗੇ ਅੱਗੇ ਕਿਵੇਂ ਲੰਘ ਜਾਂਗੇ ਸਾਡੇ ਕੋਲ? ਇੱਥੇ ਰੱਖ ਉਹ ਤੇ ਜਿਹੜਾ ਇੱਕ ਪਿੱਛੋਂ ਆਇਆ ਸੀ ਉਹਨੂੰ ਅੱਗੇ ਲਾ ਕੇ ਪਛਤਾਉਣ ਡੇ, ਤੈਨੂੰ ਕਿੱਥੋਂ ਲੰਘਾ ਦੇਣਗੇ ਹੁਣ? ਸਿੱਧੂ ਉਹਨਾਂ ਨੇ ਕਹਿਤਾ ਵੀ ਨਹੀਂ ਭਾਈ, ਹੁਣ ਇਹਨੂੰ ਕਹਿਤਾ ਤੂੰ ਪਹਿਲਾਂ ਇੱਦਾਂ ਕਰ, ਤੇਰੇ ਬਾਰੇ ਬਾਅਦ ਸੋਚਦੇ, ਪਹਿਲਾਂ ਆਪਾਂ ਪੰਜਾਬ ਦੀ ਇਲੈਕਸ਼ਨ ਦਿੱਤੀ, ਪੰਜ ਸਟੇਟਾਂ ਦੀ ਇਲੈਕਸ਼ਨ, ਫਿਰ ਅੱਗੇ ਹੁੰਦੇ ਆਪਾਂ, ਫਿਰ ਗੱਲ ਕਰਦੇ ਹਾਂ। ਹੁਣ ਇਹਨੂੰ ਭੇਜਤਾ ਫਿਰ ਵੀ ਤੂੰ ਜਾ ਕੇ ਚੰਨੀ ਦਾ ਜਿਹੜਾ ਉਹ ਮੀਡੀਆ ਐਡਵਾਈਜ਼ਰ ਬਣ ਜਾ, ਉਹਦੀ ਚੋਣ ਜਿੱਤਾ, ਉਹਨੂੰ ਸਲੋਗਨ ਦੇ, ਜੋ ਦਿਆ ਤੇਰਾ ਜਿਹੜੇ ਫੰਡ ਤੇਰੇ ਘਰੇ ਪਹੁੰਚ। ਬਸ ਕਿਆ ਬਾਤ, ਹੁਣ ਫਿਰ ਉੱਥੇ ਵਪਾਰੀ ਬਣ ਗਿਆ, ਸਿਆਸਤਦਾਨ ਬਣਦਾ ਬਣਦਾ ਰਹਿ ਗਿਆ ਤੇ ਵਪਾਰੀ ਬਣ ਗਿਆ। ਇਹਦਾ ਇਹ ਵੀ ਪਤਾ ਕੋਈ ਨੀ ਵੀ ਇੱਥੇ ਇਹ ਆਪਣਾ ਜਿਹੜੀ ਸਿਆਸਤ ਆ, ਇੱਥੇ ਵਪਾਰ ਪਾਉਣਾ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਨਾ ਕਰੇ ਤੇ ਯੂਪੀ ਦੇ ਜਾ ਕੇ ਆਪਣੇ ਬੀਜੇਪੀ ਨਾਲ ਕਰ ਲਵੇ। ਤੁਸੀਂ ਯੂਪੀ ਵਾਲੇ ਬਿਆਨ ਤੋਂ ਇੱਕ ਮੇਰੇ ਮੂੰਹ ਦੀ ਗੱਲ ਲੈ ਲਈ ਕਿ ਪੀ ਕੇ ਸਾਹਿਬ ਕੱਲ ਪਰਸੋਂ ਤੱਕ ਤੇ ਇੱਕ ਬਿਆਨ ਦੇ ਰਹੇ ਸੀ ਕਿ ਭਾਜਪਾ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਤੋਂ ਕੋਈ ਬਹੁਤੀ ਮਤਲਬ ਜਿਹੜੀ ਹੈ ਕਹਿ ਲਓ ਕੋਈ ਮਤਲਬ ਬਹੁਤੀ ਨਹੀਂ ਕਿ ਬਹੁਤ ਸਮਾਂ ਹਿਲਾ ਨਹੀਂ ਸਕਦਾ, ਦਹਾਕਿਆਂ ਤੱਕ ਹਿਲਾ ਨਹੀਂ ਸਕਦਾ। ਹਾਂਜੀ ਬਹੁਤੀ ਮਤਲਬ ਮੇਰੇ ਮੂੰਹ ਚੋਂ ਨਿਕਲ ਗਿਆ ਦਹਾਕਿਆਂ ਤੱਕ। ਹਾਂਜੀ ਕਿੱਥੇ ਫਿਰ ਕੀ ਇਮਾਨਦਾਰੀ ਹੋਊਗੀ ਚੰਨੀ ਤੇ ਸਿੱਧੂ ਦੇ ਜਿਹੜੇ ਰਸ ਦੇ ਸਾਰਥੀ ਕਿੰਨੇ ਕੁ ਹੋਣਗੇ, ਕਿੰਨੇ ਕੁ ਸਾਰਥੀ ਬਣ ਸਕਣਗੇ? ਜਿਹੜੇ ਬੰਦੇ ਦਾ ਬਿਆਨ ਜਿਹੜਾ ਵਾ ਉਹ ਬਿਆਨ ਦੇਣ ਦਾ ਹੀ ਉਹ ਸੋਚ ਕੇ ਪੈਸੇ ਲੈਂਦਾ ਕਿ ਮੈਂ ਬਿਆਨ ਦੇਣਾ, ਤੁਸੀਂ ਆਹ ਬਿਆਨ ਦਿਓ, ਮੈਂ ਤੁਹਾਡੇ ਕੋਲ ਪੈਸੇ ਲੈਣੇ ਆ। ਤੇ ਕਿੰਨੇ ਅਕਲ ਦੇ ਖਾਲੀ ਨੇ ਜਿਹੜੇ ਉਹਨੂੰ ਹਾਇਰ ਕਰਦੇ ਨੇ, ਇਹਨਾਂ ਕੋਲ ਬਿਆਨ ਹੈ ਨਹੀਂ, ਸਲੋਗਨ ਹੋਣੀ, ਉਹ ਤੇ ਆਮ ਤੁਹਾਡੇ ਸਾਡੇ ਵਰਗੇ ਬੰਦੇ ਕੋਲ ਪੁੱਛ ਲੈਣ ਤੇ ਬਿਆਨ ਦੇਣੇ ਆਉਂਦੇ ਨੇ ਇਹਨਾਂ ਨੂੰ, ਹਨਾ? ਕਿੰਨਾ ਕੁ ਮਤਲਬ 2017 ਦੇ ਕੈਪਟਨ ਨੇ ਪਹਿਲਾਂ ਬਾਹਰ ਪ੍ਰਚਾਰ ਕਰਨ ਲਈ ਬੈਠੇ ਨੇ। ਸੌਦਾ ਸਾਹਿਬ ਤੋਂ ਪੁੱਛਗਿੱਛ ਲਈ IG ਪਰਮਾਰ ਦੀ ਅਗਵਾਈ ਵਾਲੀ SIT 8 ਨਵੰਬਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਚ ਗੇੜਾ ਲਾਉਣ ਜਾ ਰਹੀ ਹੈ, ਕੀ ਕਹਿਣਾ ਚਾਹੋਗੇ? ਪਰਮਾਰ ਸਾਹਿਬ ਦੀ ਬੜੀ ਵੱਡੀ ਪ੍ਰਾਪਤੀ ਹੈ ਜੀ, ਮੈਂ ਸੋਚਦਾ ਵੀ ਸ਼ਾਇਦ ਨਾ ਆਜ਼ਾਦ ਦੇ ਹੋ, ਲੇਕਿਨ ਪਰਮਾਰ ਸਾਹਿਬ ਦੀ ਪ੍ਰਾਪਤੀ ਆ। ਉਹਨਾਂ ਬਕਾਇਦਾ ਤੌਰ ਤੇ ਉੱਪਰ ਰੱਖ ਕੇ ਨਾ ਪਹਿਲਾਂ ਆਦੇਸ਼ ਆਪਣੇ ਦੇ ਹਾਈ ਕੋਰਟ ਦੇ ਤੇ ਥੱਲੇ ਚਿੱਠੀ ਆਪਣੀ ਦਿੱਤੀ ਆ, ਆਹ ਪੜ੍ਹੋ ਫਿਰ ਵੀ ਚਿੱਠੀ ਪੜ੍ਹ ਲਓ। ਹੁਣ ਉੱਥੋਂ ਦੀ ਜੇਲ੍ਹ ਸੁਬਰਨ ਨੇ ਇਹਨਾਂ ਨੂੰ ਆਜ਼ਾਦ ਦਿੱਤੀ ਆ ਕਿ 8 ਤਰੀਕ ਨੂੰ ਤੁਸੀਂ ਆ ਕੇ ਪੁੱਛ ਪੜਤਾਲ ਕਰ ਸਕੋ। ਪਰਮਾਰ ਸਾਹਿਬ ਨੇ ਕਹਿਤਾ ਕਿ ਜੇ ਸਾਨੂੰ ਸਹਿਯੋਗ ਦੇ ਉੱਤੇ ਬਹੁਤ ਵਧੀਆ, ਜੇ ਨਾ ਦਿੱਤਾ ਤੇ ਅਸੀਂ ਹਾਈ ਕੋਰਟ ਨੂੰ ਅਗਲੀ ਕਾਰਵਾਈ ਕਰਨ ਵਾਸਤੇ ਕਹਾਂਗੇ। ਅਗਰ ਅਗਲੀ ਕਾਰਵਾਈ ਕੀ ਹੁੰਦੀ ਆ, ਸਾਨੂੰ ਇਹਦਾ ਰਿਮਾਂਡ ਦਿੱਤਾ ਜਾਵੇ, ਜੇ ਰਿਮਾਂਡ ਲੈਣਾ ਤੇ ਫਿਰ ਉੱਥੇ ਨੀ, ਫਿਰ ਸੀਏ ਸਟਾਫ ਹੋਣਾ ਭੁਗਤ ਕਿਸੇ ਕਹਿੰਦੇ ਭਾਵੇਂ ਚੰਡੀਗੜ੍ਹ ਆਵੇ, ਭਾਵੇਂ ਮੋਹਾਲੀ ਆਵੇ ਤੇ ਭਾਵੇਂ ਜਿੱਥੇ ਮਰਜ਼ੀ ਆਵੇ, ਇਹ ਉਹਨਾਂ ਨੇ ਵੇਖਣਾ ਵਾ। ਪਹਿਲੀ ਗੱਲ ਦੇ ਉੱਤੇ ਆ ਵੀ ਮੈਨੂੰ ਉਮੀਦ ਆ ਵੀ ਉਹ ਸੈਟਿਸਫਾਈ ਹੋ ਜਾਣਗੇ, ਜਿਹਦੇ ਕੋਈ ਇੰਨੀਆਂ ਸਜਾਵਾਂ ਨੂੰ ਪਤਾ ਬਾਹਰ ਮੈਂ ਜਾ ਨੀ ਸਕਦਾ, ਹੁਣ ਸੱਚ ਬੋਲਦੇ ਨੇ ਜੋ ਹੈਗਾ ਠੀਕ ਹੈ, ਤੇਰੀ ਗੱਲ ਕੀ ਹੋਊਗੀ, ਇੱਕ ਉਮਰ ਚ ਹੋਰ ਇਹਦੇ ਵੱਲ ਕੀ ਹੋਊਗਾ। ਇਸ ਕਰਕੇ ਉਮੀਦ ਆ ਸੱਚ ਬੋਲ ਦੂਗਾ, ਜੋ ਪਰਮਾਰਥਨ ਕਾਬਲ ਅਫਸਰ ਨੇ ਉਹਨੂੰ ਸੱਚ ਬੁਲਾਉਣਾ ਹੁੰਦਾ ਵਾ, ਉਹ ਪੁਲਾਂ ਪੁਲੀਆਂ ਕਰੀ ਜਾਂਦੇ ਹੁੰਦੇ, ਅਗਲੇ ਨੂੰ ਪਤਾ ਲੱਗਦਾ ਕਹਿੰਦੇ ਕੀ ਤੇ ਮੈਂ ਕੀ ਜਵਾਬ ਦੇਵਾਂ ਦਾ। ਚਲੋ ਤੇ ਇਹਦੀ 8 ਤਰੀਕ ਨਿਰਧਾਰਤ ਹੋ ਗਈ ਆ, ਅੱਜ ਜਾਏਗੀ ਟੀਮ, ਅੱਜ ਤੋਂ ਬਾਅਦ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਨਿਕਲਦਾ ਵਾ।
ਅੱਠ ਦੀ ਬੜੀ ਮਹੱਤਵਪੂਰਨ ਤਰੀਕ ਹੈਗੀ ਆ, ਅੱਠ ਨੂੰ ਸਾਡਾ ਇਜਲਾਸ ਆ ਜਿਹਦੇ ਵਿੱਚ ਤਿੰਨ ਜਿਹੜੇ ਆ ਮੁੱਦੇ ਜਿਹੜੇ ਰੱਦ ਕੀਤੇ ਜਾਣੇ। ਕੀ ਲੱਗਦਾ ਤੁਹਾਨੂੰ ਪਟਿਆਲੇ ਦੇ ਮੇਅਰ ਸਾਹਿਬ ਜਿਹੜੇ ਨੇ ਕੈਪਟਨ ਅਮਰਿੰਦਰ ਹੋਣਾ ਦੇ ਹੱਕ ਚ ਨਿਤਰੇ ਨੇ? ਸਿੱਧੂ ਸਾਹਿਬ ਨੇ ਕਿਹਾ ਸੀ ਵੀ ਕੈਪਟਨ ਦੇ ਨਾਲ ਤੋਂ ਉਹਦੀ ਆਪਣੀ ਪਤਨੀ ਨੀ ਹੈਗੀ, ਉਹਦੀ ਆਪਣੀ ਬੇਟੀ ਨੀ ਹੈਗੀ। ਬਕਾਇਦਾ ਤੌਰ ਤੇ ਉੱਥੇ ਇੱਕ ਮੀਟਿੰਗ ਦੇ ਵਿੱਚ ਉਹਨਾਂ ਦੀ ਪਤਨੀ ਵੀ ਬੈਠੀ ਆ, ਉਹਨਾਂ ਦੀ ਬੇਟੀ ਵੀ ਬੈਠੀ। ਜਦੋਂ ਇੱਕ ਪੱਤਰਕਾਰ ਨੇ ਬਕਾਇਦਾ ਤੌਰ ਤੇ ਸਵਾਲ ਪੁੱਛਿਆ ਸੀ ਕੈਪਟਨ ਸਾਹਿਬ ਨੂੰ ਪ੍ਰੈਸ ਹਾਊਸ ਦੇ ਵਿੱਚ ਵੀ ਤੁਹਾਡੀ ਪਤਨੀ ਦਾ ਕਿੱਥੇ ਹੋਊਗਾ ਜੀ, ਕਹਿੰਦੇ ਜੀ ਇਹ ਬੜਾ ਮੂਰਖਤਾ ਵਾਲਾ ਸਵਾਲ ਆ, ਇਹ ਸਵਾਲ ਬਣਦਾ ਹੀ ਨਹੀਂ ਹੈ। ਤੁਸੀਂ ਤੇ ਗੱਲ ਵੀ ਕੁਛ ਹੱਦ ਤੱਕ ਸਹੀ ਜੀ, ਪਤਨੀ ਹੋ ਜਾਏਗੀ ਔਰ ਉਹਦੇ ਵਿੱਚ ਤਿੰਨ ਉਹਨਾਂ ਦੀ ਜੈਅਦਰ ਕੋਲ ਬੇਟੀ ਬੈਠੀ ਆ, ਪਨੀਤ ਕੋਲ ਪਤਨੀ ਬੈਠੀ ਆ, ਕੈਪਟਨ ਸਾਹਿਬ ਬੈਠੇ ਤੇ ਸੰਜੀਵ ਸ਼ਰਮਾ ਜਿਹੜਾ ਪਟਿਆਲਾ ਦਾ ਮੇਅਰ, ਉਹਨੇ ਬਕਾਇਦਾ ਤੌਰ ਤੇ ਕੈਪਟਨ ਜਿੰਦਾਬਾਦ ਤੇ ਕਾਂਗਰਸ ਮੁਰਦਾਬਾਦ ਦੇ ਨਾਰੇ ਲਾਏ। ਅੱਛਾ, ਉਹਨੇ ਕਿਹਾ ਸੀ ਦੱਸਾਂਗੇ ਕੀ ਭਾਤਲ ਦੇ ਨਾਲ। ਅੱਛਾ, ਇੱਥੋਂ ਤੱਕ ਕੈਪਟਨ ਦੇ ਸਾਥੀ ਕਹਿੰਦੇ ਆ ਵੀ 25 ਵਿਧਾਇਕ ਸਾਡੇ ਜਿਹੜੇ ਆ ਉਹ ਬਿਲਕੁਲ ਕੰਟੈਕਟ ਦੇ ਵਿੱਚ, ਅਗਲੇ ਦਿਲਾਂ ਦੇ ਅਸੀਂ ਜੋ ਪ੍ਰੈਸ ਕਰਾਂਗੇ ਸਾਡੇ ਨਾਲ ਹੋਣ। ਉਹ 25 ਹੁੰਦੇ ਆ, 15 ਹੁੰਦੇ ਆ, 10 ਹੁੰਦੇ ਆ, ਮੈਨਾਂ 5 ਵੀ ਚਲੇ ਗਏ ਤੇ ਕੈਪਟਨ ਸਾਹਿਬ ਬੜੀ ਵੱਡੀ ਪ੍ਰਾਪਤੀ ਸੀ। ਤੇ ਜੇ 25 ਚੜ ਗਏ ਤੇ ਫਿਰ ਪ੍ਰਾਪਤੀ ਪ੍ਰਾਪਤੀ ਹੈ, ਫਿਰ ਪ੍ਰਾਪਤੀ ਪ੍ਰਾਪਤੀ ਹੈ। ਤੇ ਪੰਜਾਬ ਦੇ ਲੋਕਾਂ ਨੇ ਫਿਰ ਫੈਸਲਾ ਕਰਨਾ ਕਿ ਕੈਪਟਨ ਨੂੰ ਚੁਣਨਾ ਕਿ ਸਿੱਧੂ ਨੂੰ ਚੁਣਨਾ, ਦੋਵੇਂ ਸਿੱਧੂ ਦੇ, ਉਹ ਵੀ ਸਿੱਧੂ, ਦੋਵੇਂ ਸਿੱਧੂ ਜੀ। ਚਲੋ, ਬੀਬੀ ਭੱਠਲ ਨੇ ਕਿਹਾ ਸੀਗਾ ਕੋਈ ਗੱਲ ਨੀ, 6 ਠੀਕ ਹੋ ਜਾਏਗਾ। ਸਿੱਧੂ ਸਾਰੇ ਥੋੜੇ ਜਿੱਦੀ ਹੁੰਦੇ ਆ, ਲੜਾਕੇ ਹੁੰਦੇ ਆ, ਕੋਈ ਨੀ ਸਭ ਠੀਕ ਹੋ ਜਾਏਗਾ। ਸਿੱਧੂ ਸਿੱਧੀਆਂ ਹੀ ਪਾਉਣੇ ਜਾਂਦੇ, ਕਹਿਣ ਤੋਂ ਭਾਵ ਲੜਾਕੇ ਹੁੰਦੇ, ਕਿਆ ਬਾਤ। ਬੀਬੀ ਭੱਠਲ ਜਾਣਦੀ ਹੋਣੀ ਆ ਬਈ, ਇਹ ਸਾਡਾ ਨਹੀਂ ਬੀਬੀ ਦਾ ਬਿਆਨ। ਵੌਇਸ ਆਫ ਸਿਟੀ 30 ਬੜੇ ਨਜ਼ਦੀਕੀਆਂ ਦੇ ਬੜੇ ਖਾਸਮ ਖਾਸ ਜਿਹੜੇ ਨੇ ਉਹਦੀ ਗੱਲ ਕਰਨੀ ਆ। ਮਿੰਟ ਆਪਣੇ ਕੋਲ 8 ਹੈਗੇ ਨੇ ਤੇ 1 ਮਿੰਟ ਪਹਿਲਾਂ ਆਪਾਂ ਮਾਈਂਡ ਅਪ ਕਰ ਦੇਣਾ। ਨਰਿੰਦਰ ਮੋਦੀ ਜੀ ਭਜੋ ਭਾਰਤ ਦੇ ਪ੍ਰਧਾਨ ਮੰਤਰੀ ਨੇ, ਕੇਦਾਰਨਾਥ ਦੇ ਜਿਹੜੇ ਨੇ ਉਹ ਭਗਤੀ ਕਰਨ ਜਾਣ ਵਾਸਤੇ ਖਬਰਾਂ ਆ ਰਹੀ ਸੀ, ਉਹ ਵੀ ਖਬਰ ਆ ਰਹੀ ਸੀ ਵੀ ਸ਼ਾਇਦ ਕਮੇਟੀਆਂ ਵਿਰੋਧ ਵੀ ਕਰ ਸਕਦੀਆਂ ਨੇ, ਹੁਣ ਤਾਂ ਜਨਾਬ ਉੱਥੇ ਪਹੁੰਚੇ ਨੇ, ਕੀ ਖਬਰ ਹੈ? ਬਿਲਕੁਲ ਜੀ, ਵੇਖੋ ਜਿਹੜੀਆਂ ਉਹ ਦੇਵ ਭੂਮੀ ਬੋਲ ਬਣਾਤਾ ਇੱਕ ਉਹਨਾਂ ਨੇ, ਜਿਹਦੇ ਵਿੱਚ 4 ਜਿਹੜੇ ਧਾਮ ਸੀ ਉਹਦੇ ਨਾਲ ਜਿਹੜੇ ਛੋਟੇ ਮੰਦਰ ਸੀ, ਪ੍ਰਕਿਰਤੀ ਦੇ 53 ਮੰਦਰ ਸੀ ਜਿਹੜੇ ਇਹਨਾਂ ਨੇ ਉਸ ਬੋਰਡ ਲੈਂਦੇ ਜਿਹੜੇ ਤ੍ਰਿਵਿੰਦਰ ਜਿਹੜੇ ਮੁੱਖ ਮੰਤਰੀ ਬਣਾਏ ਉੱਤਰਾਖੰਡ ਦੇ, ਜਦੋਂ ਉਹ ਉਦੋਂ ਵੀ ਵਿਰੋਧ ਹੋਇਆ, ਹੁਣ ਵੀ ਉਹ ਵਿਰੋਧ ਕਰਨਗੇ ਵੀ ਭਾਈ ਇਹ ਬੋਰਡ ਤੋੜੇ ਜਾਵੇ, ਜਿੱਦਾਂ ਸਾਡਾ ਪਹਿਲਾਂ ਕੰਮ ਕਮੇਟੀਆਂ ਕਰਦੇ ਸੀ, ਕਮੇਟੀਆਂ ਕਰਨਗੇ ਤੁਸੀਂ ਜੀ ਜੀ ਕੀ ਪੋਲੀਟੀਕਲ ਪਾਰਟੀ ਨੂੰ ਕੀ ਅਧਿਕਾਰ ਉਹ ਧਾਰਮਿਕ ਕੰਮਾਂ ਦੇ ਦਖਲ ਨਾ ਜੀ ਕਰੇ, ਸਰਕਾਰ ਨੂੰ ਕੀ ਅਧਿਕਾਰ ਧਾਰਮਿਕ ਕੰਮਾਂ ਦੇ ਦਖਲ ਨਾ ਜੀ ਕਰੇ। ਇਹੋ ਜਿਹਾ ਬੋਰਡ ਜੇ ਕਿਤੇ ਸਾਡੇ ਖਾਲਸੇ ਇੱਦਾਂ ਲੜਦੇ ਰਹੇ ਤੇ SCPC ਬੋਰਡ ਬਾਰੇ ਤਿਆਰੀ ਕੀਤੀ ਜਾ ਰਹੀ, ਇਹ 1999 ਵਿੱਚ ਵੀ ਕੋਸ਼ਿਸ਼ ਹੋਈ ਸੀ, ਉਦੋਂ ਬਾਦਲ ਸਾਹਿਬ ਨੇ ਰੋਕ ਲਿਆ, ਵੱਖਰੀ ਗੱਲ, ਉਦੋਂ ਵੀ ਕੋਸ਼ਿਸ਼ ਹੋਈ ਸੀ, ਹੁਣ ਵੀ ਬੋਰਡ ਬਣ ਸਕਦਾ। ਜੇ ਬੋਰਡ ਬਣ ਗਿਆ ਤੇ ਫਿਰ ਗੋਲਕ ਦੇ ਉੱਤੇ ਸਰਕਾਰ ਦਾ ਕੰਟਰੋਲ ਹੋਊਗਾ, ਸ਼੍ਰੋਮਣੀ ਕਮੇਟੀ ਤੇ ਸਿੱਖਾਂ ਦਾ ਕੰਟਰੋਲ ਨਹੀਂ ਹੋਊ। ਹੁਣ ਇਸ ਕਰਕੇ ਉਹ ਮੋਦੀ ਸਾਹਿਬ ਜਾ ਰਹੇ ਆ ਤੇ ਉਹਨਾਂ ਕੋਲ ਤੇ ਇੱਕ ਵਰਕਲ ਪਈ ਹੈ ਜਿਹੜੀ ਕਮੇਟੀਆਂ ਕੱਢੀਆਂ ਕਿ ਉੱਥੋਂ ਵੀ ਪ੍ਰਧਾਨ ਮੰਤਰੀ ਦਾ ਵਿਰੋਧ ਕਰੋ, ਉਹ ਪੁੱਛੂਗਾ ਕੀ ਗੱਲ। ਭਾਵੇਂ ਪ੍ਰਧਾਨ ਮੰਤਰੀ ਨੇ ਲਾਗੇ ਲਾਗੇ ਫਟਕਣ ਨੀ ਦੇਣਾ, ਪਿੱਛੇ ਭਾਵੇਂ ਅੱਧਾ ਕਿਲੋਮੀਟਰ ਲੈ ਲਓ, 2 ਕਿਲੋਮੀਟਰ ਲੈ ਕੇ ਉਹ ਕਮੇਟੀ ਆਪਣਾ ਵਿਰੋਧ ਜਤਾਉਣੀ ਹੈ, ਭਾਵੇਂ ਕਿਸੇ ਅਖਬਾਰ ਚ ਆਵੇ ਨਾ ਆਵੇ, ਸੋਸ਼ਲ ਮੀਡੀਆ ਚ ਮਾੜੀ ਮੋਟੀ ਖਬਰ ਆ ਜਾਏਗੀ। ਠੀਕ, ਲੇਕਿਨ ਵੱਲੋਂ ਫੁੱਲ ਤਿਆਰੀ ਹੈ। ਤਰਿਵਿੰਦਰ ਦਾ ਵਿਰੋਧ ਕੀਤਾ ਜਿਹੜਾ ਤਰਿੰਦਰ ਸਿੰਘ ਸੀਗਾ, ਵਿਰੋਧ ਕੀਤਾ ਗਿਆ, ਉਹਦਾ ਕਿੰਨੀ ਖਬਰ ਆਈਆਂ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਟੀਵੀ ਚੈਨਲ ਸਾਡੇ ਹੈਗੇ ਮੋਦੀ ਮੀਡੀਆ ਨੇ ਨਹੀਂ ਬੋਲਣਾ ਕੁਛ ਵੀ ਜੀ ਜੀ, ਲੇਕਿਨ ਖਬਰ ਫਿਰ ਬਾਹਰ ਆ ਗਈ। ਇਸ ਕਰਕੇ ਮੋਦੀ ਸਾਹਿਬ ਦਾ ਵੀ ਉੱਥੇ ਵਿਰੋਧ ਹੋ ਸਕਦਾ ਤੇ ਮੋਦੀ ਸਾਹਿਬ ਜਿਹੜੀ ਆ 5 ਜਿਹੜੀਆਂ 29 ਵਿਧਾਨ ਸਭਾ ਤੇ 3 ਪਾਰਲੀਮੈਂਟ ਸੀਟਾਂ ਜਿਹੜੀ ਇਲੈਕਸ਼ਨ ਹੋਈ ਹੈ ਨਾ, ਉੱਥੋਂ ਥੋੜੇ ਜਿਹੇ ਘਬਰਾਏ ਹੋਏ ਨੇ ਕਿ ਗੱਲ ਸਾਡਾ ਬਣੂਗਾ ਜੀ। ਹੁਣ ਆਪਾਂ ਜਿਹੜੀ ਗੱਲ ਕੀਤੀ ਸੀ ਤੁਸੀਂ ਪੰਜਾਬ ਵਾਲੀ ਭਰਤੀ ਦੀ, ਪੰਜਾਬ ਦੇ ਵਿੱਚ ਜਿਹੜੀ ਆ ਜੀ 4 ਪ੍ਰਕਾਰ ਦੀ ਫੋਰਸ, ਪੁਲਿਸ, PAP, ਡਿਸਟ੍ਰਿਕਟ ਪੁਲਿਸ, GRP, ਇਹ ਫੋਰਸਾਂ ਸਾਡੇ 4। ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਉਦੋਂ SP ਭਰਤੀ ਕੀਤੀ ਸੀ ਇਹਨਾਂ ਨੇ,
ਸਪੈਸ਼ਲ ਪ੍ਰੋਟੈਕਸ਼ਨ ਆਫੀਸਰਸ ਉਹ ਰਿਟਾਇਰਡ ਫੌਜੀ ਸੀਗੇ ਬਹੁਤੇ ਰਿਟਾਇਰਡ ਫੌਜੀ ਸੀਗੇ ਮੁੜ ਕੇ ਇਹਨਾਂ ਨੇ ਆਪਣੇ ਬੰਦੇ ਭਰਤੀ ਕਰਕੇ ਦੋ ਸਾਲ ਲਵਾ ਕੇ ਪੱਕੀ ਕਰਕੇ ਪੁਲਿਸ ਚ ਪੱਕੇ ਕਰ ਲਏ ਲੇਕਿਨ ਹੁਣ ਇੱਕ ਐਸ ਪੀ ਯੂ ਸਪੈਸ਼ਲ ਪੁਲਿਸ ਯੂਨਿਟ ਇਹ ਫੋਰਸ ਬਣਾਤੀ महापुरुषा ने जेड़े 225 प्रवासी बंदे ना दूजिया स्टेटा तो आए 225 ਭਰਤੀ ਐਸ ਪੀ ਜੀ ਕਰ ਲਏ ਸੀ ਅਫਸਰ ਭਰਤੀ ਕਰ ਲਏ ਸੀ ਇੰਸਪੈਕਟਰ ਭਰਤੀ ਕਰ ਲਏ ਸੀ ਸਬ ਇੰਸਪੈਕਟਰ ਭਰਤੀ ਕਰ ਲਏ ਜਦੋਂ ਕਿ ਜਿਹੜੀ ਸਾਡੀ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਉਹ ਕਹਿੰਦੀ ਤੁਸੀਂ ਇੰਸਪੈਕਟਰ ਭਰਤੀ ਸਿੱਧੇ ਨਹੀਂ ਕਰ ਸਕਦੇ ਆਪਣੇ ਲੈਵਲ ਦੇ ਉੱਤੇ ਇਹਦੀ ਬਕਾਇਦਾ ਪ੍ਰਕਿਰਿਆ ਅਡੋਪਟ ਕਰਨੀ ਪਊਗੀ ਹਾਂ ਸਫਾਈ ਭਰਤੀ ਕਰ ਸਕਦੇ ਹੋ ਸਬ ਇੰਸਪੈਕਟਰ ਭਰਤੀ ਕਰ ਸਕਦੇ ਹੋ ਜੀ ਜੀ ਹੁਣ ਐਸ ਪੀ ਯੂ 225 ਬੰਦੇ ਜਿਹੜੇ ਵੀ ਆਇਆ ਸੀ ਆਪਣਾ ਨਸ ਦਿੰਦੇ ਆ गुजरात तो आया ले लो कोई राजस्थान तो आया ले लो कोई हिमाचल तो आया लेके बंदे भर्ती कर जो कैप्टन साहब आए इन्होंने 75 बंदे नाल कर ले टोटल 300 बंदे आ जिदे बारे काफी रौला पै रहा वा भी ये बंदे दसो भी किहदे आधार ते कीते जो भी कितने जाते एक डोमिसाइल सर्टिफिकेट होंगे वा जिन्होंने असं दस दे रेजिडेंट सर्टिफिकेट तुम रेंदे कितने हो कि तुम 20 साल तो रह रहे हो 10 साल तो रह रहे हो भर्ती हो गए गुगाड़ भी लोगे पक्के भर्ती कर लेने कडो असल कोर्ट चा के स्टे लाया होगी सुखी रंधावा जी जेड़ा उन्होंने कहता भी उन्होंने को है होम मिनिस्टर ने एक विदर ने यह वीक जरा डी जी पी पड़ताल करके दसे कि यह बंदे भर्ती केड़े किए गए की ना इन्होंने कितों आए ने किने किए हैं सही डिटेल दी जाए अगे वेने मेरी गड्डी नूं क्यों नहीं चलन दिता मेरे ड्राइवर नूं क्यों रोकिया हना फिर तां वही लीडरशिप दी सल्यूट करनी बनदी आ क्योंकि साडा काम उस बंदे ने उस बंदे ने गल कहती भी जिहड़ी सरकार दी गड्डी नूं जिन्हों रोकण दी हिम्मत कीती उह मुकदमा भी दर्ज कीता जाऊ तां जेल सिटे च बिलकुल हाँ ये गल जे इदां ही लगातार चलदा जावेगा ना काम वेखो गल ते आ कि सानूं असीं ते प्रभावित होए सी मैनूं तां प्राइमरी अपना हाई स्कूल याद आ जांदा जदों साडे मास्टर साहब खबर पढ़ के सुना रहे सी ਉਹ ਬੱਚਿਓ ਪੰਜਾਬ ਨੂੰ ਮੁੱਖ ਮੰਤਰੀ ਇਹੋ ਜਿਹਾ ਮਿਲ ਗਿਆ 1 ਰੁਪਿਆ ਤਨਖਾਹ ਲਹੂ ਤੇ ਅਸੀਂ ਤੱਪੜਾਂ ਤੇ ਬੈਠੇ ਹੁੰਦੇ ਸੀਗੇ ਹਾਂਜੀ ਤੇ ਠੰਡੀ ਠੰਡੀ ਜੀ ਮਤਲਬ ਗਰਮੀਆਂ ਜਿਹਦਾ ਮੌਸਮ ਸੀ ਉਦੋਂ ਠੰਡੀ ਠੰਡੀ ਛਾਵੇਂ ਬਾਹਰ ਬੈਠੇ ਸੀਗੇ ਤੁਸੀਂ ਇੱਥੋਂ ਦਾ ਅੰਦਾਜ਼ਾ ਲਾ ਲਓ ਕਿ ਸਾਨੂੰ ਉਹ 1 ਰੁਪਏ ਦੇ ਮੁੱਖ ਮੰਤਰੀ ਵਾਲੀ ਕਹਾਣੀ ਯਾਦ ਆ ਵੀ ਉਹ ਤਨਖਾਹ 1 ਰੁਪਿਆ ਲਊਗਾ ਹਨਾ ਤੇ ਮਤਲਬ ਉਹ 1 ਰੁਪਿਆ ਤੇ ਹੁਣ ਜੇ ਰਾਜਾ ਵੜਿੰਗ ਕਹਿੰਦਾ ਕਿ ਮੇਰੀ ਬੱਸ ਹੈ ਮੈਂ ट्रांसपोर्टेशन मंत्री हाँ मेरी बस आ मेरे ड्राइवर रोकया गया पर अगली टर्म भी चुने जाने तो बाद राजा वड़ेंग इदा ही करता तो फिर ठीक है कुछ उदिया त्रुटियां जड़िया ने वह इग्नोर भी कीतियां जा सकदियां ने पर जिवें वह बयानबाजियां करता रहा आपां उहते क्रिटिसाइज भी करते रहे उन्हों आपां एनालिसिस भी करते रहे हाँ जी पर जे अज वह खड़ा मतलब सूबे के खजाने लिए तो भी सल्यूट तो करना बनता है ना खैर नहीं वे ਕਿਹੜਾ ਕੱਢ ਰਹੇ ਨੇ ਬਦਲੇ ਲੈ ਰਹੇ ਨੇ ਜਾਂ ਫਿਰ ਕੰਮ ਕਰ ਰਹੇ ਨੇ ਉਹ ਤਾਂ ਉਹ ਜਾਣਨ ਜਾਂ ਰੱਬ ਜਾਣੇ ਆਪਾਂ ਲਈਏ ਫਿਰ ਅੱਗਿਆ ਬਿਲਕੁਲ ਜੀ 53 ਲੱਖ ਰੁਪਏ ਡੇਲੀ ਜਿਹੜੀ ਇਨਕਮ ਵਧਾਤੀ ਉਹਨੇ ਪੀਆਰਟੀਸੀ ਬਾਕੀ ਕਿਰੇ ਬਹੁਤ ਸਾਰੀ ਵੱਧ ਸਕਦੀ ਹੈ ਜੀ ਹੋਰ ਅਜੇ ਤੇ ਬਹੁਤ ਸਾਰੀ ਹੋਰ ਵੱਧ ਸਕਦੀ ਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਮੰਤਰੀ ਇਦਾਂ ਹੀ ਕੰਮ ਕਰਨ ਦੇ ਧੰਨਵਾਦ ਜੀ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ